ਇਦੇ ਵਿੱਚ ਰਿਸ਼ੀ ਸੁਨਾਕ ਪਹਿਲਾ ਭਾਰਤੀ ਮੂਲ ਦਾ ਪ੍ਰਾਈਮ ਮਿੰისტਰ ਬਣ ਗਿਆ ਹੈਗਾ ਆ ਉਸ ਦੇ ਸਬੰਧ ਦੇ ਵਿੱਚ ਸੁਨਾਕ ਜੋ ਕਿ ਯੂਕੇ ਦਾ ਫਰਸਟ ਲੀਡਰ ਆਫ ਕਲਰ ਵੀ ਹੋਵੇਗਾ ਪਹਿਲੀ ਵਾਰੀ ਕੋਈ ਥੋੜੇ ਰੰਗ ਦਾ ਚਿੱਟੇ ਮੂਲ ਦਾ ਨਹੀਂ ਤੇ ਕਾਲੇ ਭੂਰੇ ਰੰਗ ਦਾ ਕੋਈ ਪਹਿਲਾ ਪ੍ਰਾਈਮ ਮਿੰისტਰ ਹੋਊਗਾ ਉਹ ਕਿੰਗ ਚਾਰਲਸ 3 ਨੂੰ ਵਰਕਿੰਗਮ ਪੈਲੇਸ ਦੇ ਵਿੱਚ ਵੀ ਮਿਲੇ ਹੈਗੇ ਆ ਸੋ ਸਭ ਤੋਂ ਵੱਡੀ ਪ੍ਰੋਬਲਮ ਸੁਨਾਕ ਦੇ ਲਈ ਹੋਊਗੀ ਜੋ ਕਿ ਅਮਰੀਕਾ ਯੂਕੇ ਦੇ ਵਿੱਚ ਜੰਗਸ ਪ੍ਰਾਈਮ ਮਿਨਿਸਟਰ ਵੀ ਆ 42 ਸਾਲਾਂ ਦਾ 200 ਸਾਲਾਂ ਦੇ ਉਹਨਾਂ ਦੇ ਇਤਿਹਾਸ ਦੇ ਵਿੱਚ ਕਿ ਕਿਸ ਤਰ੍ਹਾਂ ਕੰਟਰੀ ਨੂੰ ਕੰਟਰੋਲ ਦੇ ਵਿੱਚ ਲੈ ਕੇ ਆਣਾ ਹੈਗਾ ਆ ਫਾਈਨੈਂਸ਼ਲੀ ਗਲੋਬਲੀ ਆਪਾਂ ਦੇਖਿਆ ਵੀ ਬਹੁਤ ਮੁਲਕ ਜਿਹੜੇ ਆ ਇਸ ਵਲੇ ਪ੍ਰੋਬਲਮ ਦੇ ਵਿੱਚ ਯੂਕੇ ਵੀ ਬਹੁਤ ਵੱਡੀ ਪ੍ਰੋਬਲਮ ਚ ਆ ਪਾਉਂਡਰੀ ਕੀਮਤ ਬਹੁਤ ਥੱਲੇ ਚੱਲ ਗਈ ਆ ਬਰੂ ਦੀ ਸ਼ੀਸਾ ਨੋਕ ਦੇ ਜੋ ਵਿਰੋਧੀ ਹੈਗੇ ਓਪੋਨੈਂਟ ਆ ਉਹ ਇਹ ਕਹਿੰਦੇ ਆ ਕਿ ਇਹ ਆਮ ਲੋਕਾਂ ਦੇ ਆਊਟ ਆਫ ਟੱਚ ਹੈਗਾ ਆ ਆਰਡੀਨਰੀ ਲੋਕਾਂ ਦੇ ਕਿਉਂਕਿ ਇਹ ਕਹਿੰਦੇ ਵੀ ਪ੍ਰਾਈਵੇਟ ਸਕੂਲ ਚ ਗਿਆ ਤੇ ਉਹਦਾ ਜਿਹੜਾ ਕੈਰੀਅਰ ਹੈਡ ਹੈਜ ਫੰਡ ਮੈਨੇਜਰ ਤੇ ਬਹੁਤ ਹੀ ਜ਼ਿਆਦਾ ਅਮੀਰ ਹੈਗਾ ਆ ਸੋ ਆਮ ਲੋਕ ਜਿਹੜੇ ਆ ਉਹਨਾਂ ਦੀ ਰਿਐਲਿਟੀ ਦਾ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਹੈ ਸੁਨਾਕ ਦੀ ਵਾਈਫ ਬਿਲੀਨੀਅਰ ਜਿਹੜਾ ਇੰਡੀਆ ਦਾ ਆਈਟੀ ਫਰਮ ਦਾ ਇਨਫੋਸਿਸ ਦਾ ਸੀਈਓ ਓਨਰ ਆ ਉਹਦੀ ਡਾਟਰ ਆ ਤੇ ਦੋਨਾਂ ਜਣਿਆਂ ਦੀ ਰਿਸ਼ੀ ਸਨਾਕ ਤੇ ਉਹਦੀ ਵਾਈਫ ਦੀ ਵਰਥ 730 ਮਿਲੀਅਨ ਪੌਂਡ ਆ 826 ਮਿਲੀਅਨ ਡਾਲਰ ਹੈਗੀ ਆ ਇਹ ਸੰਡੇ ਟਾਈਮਜ਼ ਨੇ ਇੱਕ ਰਿਚ ਲਿਸਟ ਆ ਉਹਦੇ ਵਿੱਚ ਰਿਪੋਰਟ ਕੀਤਾ ਹੈਗਾ ਆ ਤੇ ਇਹ ਹੁਣ ਦੇਖਦੇ ਆਂ ਕਿ ਉਹ ਕਿਸ ਤਰ੍ਹਾਂ ਕੈਬਨਟ ਨੂੰ ਕੰਟਰੋਲ ਕਰੂਗਾ ਪਰ ਉਹ ਕਹਿੰਦਾ ਵੀ ਮੈਂ ਕੋਸ਼ਿਸ਼ ਪੂਰੀ ਕਰੂੰਗਾ ਪਰ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਪਿਛਲੇ 2 ਕੁ ਮਹੀਨਿਆਂ 'ਚ ਤਿੰਨ ਪ੍ਰਾਈਮ ਮਿੰისტਰ ਜਿਹੜੇ ਆ ਕੈਨੇਡਾ ਦੇ ਇਹ ਤੀਜੇ ਪ੍ਰਾਈਮ ਮਿੰისტਰ ਆ ਦੋ ਬਦਲ ਚੁੱਕੇ ਹੈਗੇ ਹੂੰ ਜੀ ਬਿਲਕੁਲ ਸੋ ਕਹਿੰਦੇ ਵੀ ਉਹਨਾਂ ਦਾ ਇੱਕ ਹਿਸਾਬ ਨਾਲ ਨਾਟਕ ਸੋਪ ਓਪਰਾ ਕੰਜ਼ਰਵੇਟਿਵ ਪਾਰਟੀ ਦਾ ਇਸ ਟਾਈਮ ਉੱਥੇ ਚੱਲ ਰਿਹਾ ਇੱਕ ਜਾਂਦਾ ਇੱਕ ਆਉਂਦਾ ਤੇ ਤੀਜਾ ਹੁਣ ਆਪਾਂ ਨੂੰ ਦੇਖਣ ਨੂੰ ਕੁਝ ਮਹੀਨਿਆਂ ਦੇ ਵਿੱਚ ਦਿਖ ਰਿਹਾ ਸੋ ਇੱਕ ਤਾਂ ਚਲੋ ਸੁਨਾਖੂਣਾ ਨੂੰ ਅਸੀਂ ਵਧਾਈ ਦਿੰਨੇ ਆ ਤੇ ਹੁਣ ਉਹਦੇ ਨਾਲ ਕਿਸੇ ਦੇ ਵੀਊ ਮਿਲਦੇ ਹੋਣ ਨਾ ਮਿਲਦੇ ਹੋਣ ਉਹ ਇੱਕ ਵੱਖਰੀ ਗੱਲ ਆ ਪਰ ਇੱਕ ਬਹੁਤ ਵੱਡੀ ਜਿਹੜੀ ਇਹ ਗੱਲ ਹੋਈ ਆ ਵਰਲਡ ਲੈਵਲ ਦੇ ਉੱਤੇ ਵੀ ਜੇਸ ਮੁਲਕ ਦੇ ਲੋਕਾਂ ਨੂੰ ਜਿਹੜੇ ਮੁਲਕ ਨੇ ਮਲਾਰਕੀ ਨੇ ਇੱਕ ਟਾਈਮ ਦੇ ਉੱਤੇ ਗੁਲਾਮ ਬਣਾ ਕੇ ਸਲੇਵ ਬਣਾ ਕੇ ਜਿਹੜਾ ਉਹ ਰੱਖਿਆ ਹੋਵੇ ਅ ਤੇ ਉਥੋਂ ਹੀ ਉਹਨਾਂ ਨੇ ਆਜ਼ਾਦੀ ਪ੍ਰਾਪਤ ਕਰਕੇ ਤੇ ਬਾਅਦ ਚ ਉਹਨਾਂ ਦਾ ਜਿਹੜਾ ਉਹ ਉਥੇ ਪ੍ਰਧਾਨ ਮੰਤਰੀ ਬਣੇ ਇੱਕ ਬੜੀ ਵੱਡੀ ਇੱਕ ਮਿਸਾਲ ਕਹਿ ਸਕਦੇ ਆ ਵੀ ਇਤਿਹਾਸ ਦੇ ਵਿੱਚ ਜਿਹੜੀ ਇਹ ਹੁਣ ਬਣੀ ਹੈਗੀ ਆ ਸੋ ਚੈਲੰਜਸ ਬਹੁਤ ਨੇ ਰਸ਼ੀਦ ਸੁਨਾਕ ਦੇ ਲਈ ਕਿੱਦਾਂ ਹੈਂਡਲ ਕਰ ਸਕੂਗਾ ਇਹ ਦੇਖਣ ਵਾਲੀ ਗੱਲ ਆ ਕਿਉਂਕਿ ਇਹ ਤੇ ਹੈ ਨਹੀਂ ਕੋਈ ਇਹਦੇ ਵਿੱਚ ਇਹਦੇ ਹੱਥ 'ਚ ਕੋਈ ਜਾਦੂ ਵਾਲੀ ਜਿਹੜੀ ਆ ਉਹ ਛੜੀ ਹੋਊਗੀ ਤੇ ਉਹਨੇ ਉਹ ਕਰ ਦੇਣਾ ਕਿਉਂਕਿ ਇਕਨੋਮਿਕ ਹਾਲਾਤ ਅੰਨ ਨੂੰ ਚੱਲਦੇ ਆਂ ਹੀ ਦੋ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਦੇ ਅਸਤੀਫੇ ਜਿਹੜੇ ਉੱਥੇ ਹੋਏ ਨੇ ਸੋ ਹੁਣ ਦੇਖੋ ਚੈਲੈਂਜਿੰਗ ਟਾਈਮਸ ਜਿਹੜੇ ਕਹਿੰਦੇ ਵੀ ਉਹਨਾਂ ਦੇ ਲਈ ਆ ਚੁਣੌਤੀ ਭਰਪੂਰ ਸਮਾਂ ਜਿਹੜਾ ਇਸ ਕਨਜ਼ਰਵੇਟਿਵ ਪਾਰਟੀ ਦੇ ਲੀਡਰ ਦੇ ਲਈ ਆ ਇਸ ਟਾਈਮ ਦਰਪੇਸ਼ ਆ ਕੀ ਹੁੰਦਾ ਵਿਰੋਧੀ ਧਿਰ ਵਾਲੇ ਅਜੇ ਵੀ ਇੰਨੇ ਜਿਹੜੇ ਪ੍ਰਧਾਨ ਮੰਤਰੀ ਬਦਲਣ ਦੇ ਚੱਲਦੇ ਆ ਜਨਰਲ ਇਲੈਕਸ਼ਨਸ ਦੀ ਮੰਗ ਦੇ ਉੱਤੇ ਡਟੇ ਹੋਏ ਨੇ